ਅਸਲਾਮ ਵਾਲੇਕੁਮ, ਮੈਂ ਸ਼ਾਹ ਰਾਜਾ, ਅਲਹਮਦੁਲਿਲਾ ਜੀ ਠੀਕ ਠਾਕ ਆ। ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋ। ਸੋ ਅੱਲਾ ਪਾਕ ਤੁਸਾਂ ਸਾਰਿਆਂ ਖੁਸ਼ ਰੱਖੇ, ਆਬਾਦ ਰੱਖੇ, ਹੱਸਣੇ ਖੇਡਣੇ ਰਹੋ। ਅਲਹਮਦੁਲਿਲਾ ਜੀ, ਅਸਾਂ ਕੋਲ ਬਾਰਿਸ਼ ਜਿਹੜੀ ਬਰਾਨੇ ਰਹਿਮ ਜਾਰੀ ਹੈ ਅਤੇ ਕਿਸਾਨ ਵਿਚਾਰੇ ਜਿੰਨੇ ਵੀ ਜ਼ਿੰਮੇਦਾਰ ਵਗੈਰਾ ਉਹ ਸਭ ਪਰੇਸ਼ਾਨ ਹਨ। ਬਸ ਅੱਲਾ ਪਾਕ ਰਹਿਮ ਉੱਤੇ ਜਾਣ, ਕਿਉਂਕਿ ਗੰਦਮ ਵੀ ਬਿਲਕੁਲ ਫਸਲ ਤਿਆਰ ਹੈ। ਅੱਲਾ ਪਾਕ ਮੌਕਾ ਦਿਉਣ ਤਾਂ ਕਿ ਸਾਰੇ ਲੋਕ ਗੰਦਮ ਆਪਣੀ ਜਿਹੜੀ ਸਾਂਭ ਕੇ ਰਹਿਣ। ਬਾਕੀ ਬਾਦਸ਼ਾਹ ਦੇ ਵੀ ਨਜ਼ਾਰੇ ਤੁਸੀਂ ਦੁਬਾਰਾ ਫਿਰ ਮੈਂ ਇੱਕ ਵਾਰ ਵਿਊ ਕਰਾਉਣਾ। ਐ ਚੈੱਕ ਕਰੋ ਬਾਦਸ਼ਾਹ ਕਿਸ ਤਰ੍ਹਾਂ ਰੌਣਕ ਲਾਈ ਪਈ। ਮਾ ਆਪਣਾ ਡੇਰਾ ਮਾਸ਼ਾਅੱਲਾ, ਇੱਧਰ ਮੰਡੀ ਗਾਂ ਬੱਧੀ ਪਈ, ਕਿਉਂ ਕਮਰੇ 'ਚ ਪਰੇ ਨਹੀਂ ਬੱਧੀ, ਇੱਧਰ ਬਰਾਂਡੇ 'ਚ ਗਾਂ ਸਾਡੀ। ਇੱਧਰ ਟੋਕੇ ਵਾਲੀ ਮਸ਼ੀਨ ਲੱਗੀ ਪਈ। ਅੱਛਾ ਤੁਸਾਂ ਦੱਸਦੇ ਹਾਂ ਵੀ ਮਾੜੇ ਕੋਲ ਚਾਰਾ ਜਿਹੜਾ ਇਹਨਾਂ ਨਾਲ ਖਤਮ ਹੋਇਆ ਪਿਆ ਅਤੇ ਇਹ ਦੋ ਚਾਰ ਪੇ ਪਿੰਟਾਂ 'ਚ ਬਾਲਟੀ 'ਚ ਪਏ ਆ। ਇਹ ਸ਼ਾਮੀ ਨਮਾ ਸਿਆਲ ਇਹਨਾਂ ਨਾਲ ਗੁਜ਼ਾਰਾ ਹੈ। ਹੁਣ ਇਸ ਬਾਰਿਸ਼ਾਂ 'ਚ ਜੁਲਨੇ ਆ ਜੀ ਇਨਸ਼ਾਅੱਲਾ, ਅਤੇ ਚਾਰਾ ਕੱਟ ਕੇ ਆਉਂਦੇ ਹਾਂ, ਕਿਉਂਕਿ ਮੌਸਮ 'ਚ ਇਸੇ ਤਰ੍ਹਾਂ ਰਹਿਣਾ। ਬਾਰਿਸ਼ ਜਿਹੜੀ ਤੱਕੋ ਨਾ ਉੱਥੇ ਬਦਲੀਆਂ ਬਣੀਆਂ ਪਈਆਂ, ਕੋਸ਼ਿਸ਼ ਕਰਦੇ ਹਾਂ ਜਿਹੜਾ ਥੋੜ੍ਹਾ ਬਹੁਤਾ ਕੱਟ ਆਉਣਾ। ਮੈਂ ਵਿਊ ਕਰਾ ਦੇਣਾ, ਬਾਹਰ ਵੀ ਚੈੱਕ ਕਰੋ। ਇੱਧਰ ਗੰਦਮ ਨੇ ਵੀ ਨਜ਼ਾਰੇ, ਗੰਦਮ ਵੀ ਬਿਲਕੁਲ ਤਿਆਰ ਹੈ। ਬਸ ਅੱਲਾ ਪਾਕ ਮੋਲੋ ਦਿਉਣ, ਬਿਲਕੁਲ ਆਖਰੀ ਮਰਹਲੇ ਆ ਜਿਵੇਂ, ਬਸ ਅੱਲਾ ਪਾਕ ਮੋਲੋ ਦਿਉਣ ਤਾਂ ਕਿ ਜ਼ਿੰਮੇਦਾਰ ਵਿਚਾਰੇ ਗੰਦਮ ਆਪਣੀ ਸਾਂਭ ਕਰੋ। ਇੱਧਰ ਟਰਾਲੀ ਟਰੈਕਟਰ ਪਤਰੀ ਮਣੀ ਰੈਡੀ ਹੈ ਜੀ, ਬਸ ਤਿਆਰੀ ਕਰਨੇ ਆ। ਬਾਹਰ ਥੋੜ੍ਹੇ ਜਿਹਾ ਆਸਰਾ ਕਰ ਗਈ, ਕੱਪੜੇ ਚੇਂਜ ਕਰਕੇ ਮੁੜ ਕੇ ਵਾਪਸ ਆ ਕੇ ਜ਼ਰਾ ਜੋਂਦਰਾ ਸ਼ੋਂਦਰਾ ਕੱਪੜੇ ਆ। ਮੁਰਗੇ ਵੀ ਮਾਣੇ ਜਿਹੜਾ ਨਾ ਸਰਦੀ ਦੀ ਵਜ੍ਹਾ 'ਚੋਂ ਤੱਕੋ ਕਿਸ ਤਰ੍ਹਾਂ ਝੁੰਮੁਰ ਮਾਰ ਕੇ ਖੱਲੇ ਪਏ ਬਾਰਿਸ਼ਾਂ ਦੀ ਵਜ੍ਹਾ 'ਚੋਂ ਕਰਕੇ ਨਾ। ਚਲੋ ਦੋ ਚਾਰ ਦਸ ਮਿੰਟ ਵੇਟ ਕਰਕੇ ਮਜ਼ੀਦ ਮਾਰ ਸਲੋ ਹੋ ਜਾਵੇ। ਬਾਰਿਸ਼ ਹੋ ਤਾਂ ਸਲੋ ਹੋਏਗੀ, ਲੇਕਿਨ ਮੁਰਗਿਆਂ ਨੇ ਵੀ ਬਾਹਰ ਤੱਕੋ। ਇੱਧਰ ਦਰਖਤਾਂ ਨਹੀਂ ਮਾਸ਼ਾਅੱਲਾ, ਇੱਧਰ ਅਮਰੂਦ ਨੇ, ਉੱਧਰ ਅਮਲੋਕ, ਬਸ ਕੱਪੜੇ ਚੇਂਜ ਕਰਨੇ। ਕੱਪੜੇ ਚੇਂਜ ਕਰਕੇ ਜੁੜਨੇ ਆ ਜੀ ਜੋਂਦਰਾ ਕੱਪ 'ਚ ਆਉਣੇ ਆ। ਜੋਂਦਰਾ ਕੱਪ ਕੇ ਫਿਰ ਉਸਾਂ ਚਾਰਾ ਬਣਾਉਣਾ, ਚਾਰਾ ਬਣਾ ਕੇ ਫਿਰ ਇਹਨਾਂ ਗਾਈਆਂ ਖਿਲਾਉਣਾ। ਅਜੇ ਵਾਸਤੇ ਵੈਸੇ ਪਏ ਆ, ਲੇਕਿਨ ਕੱਲ੍ਹ ਵਾਸਤੇ ਐਮਰਜੈਂਸੀ ਕਿਨਣੇ ਆ। ਇਸ ਦਰਖਤਾਂ ਸਾਨੂੰ ਬਿਜਲੀ ਪਈ ਦੀ ਆਸਮਾਨੀ ਬਿਜਲੀ, ਇਹ ਮੋੜ ਕੇ ਬਾਲ ਨਹੀਂ ਹੋਇਆ ਅਤੇ ਇਸ ਦਫ਼ਾ ਮੈਂ ਸਾਂ ਕੱਟਸਾਂ ਇਨਸ਼ਾਅੱਲਾ, ਕਿਉਂਕਿ ਅਸਮਾਨੀ ਬਿਜਲੀ ਦੀ ਵਜ੍ਹਾ 'ਚ ਮੁੜ ਕੇ ਦਰਖਤ ਕੋਈ ਵੀ ਜਿਹੜਾ ਨਾ ਉਹ ਮੁੜ ਕੇ ਸੈੱਟ ਨਹੀਂ ਆਉਂਦਾ, ਇਹ ਸੜ ਗਿਆ ਬਿਲਕੁਲ ਹੀ। ਡਰੈਸ ਕਰਕੇ ਦਾ ਚੇਂਜ, ਅਤੇ ਹੁਣ ਚਾਹੁੰਦੇ ਹਾਂ ਜੀ ਆਪਣੇ ਔਜ਼ਾਰ ਜੁਲਨੇ ਆ, ਜੋਂਦਰਾ ਕੱਪ ਚੜ੍ਹਨੇ ਆ। ਇਹ ਡਰੈਸ ਮੈਂ ਸਿਰਫ ਇਸੀ ਕੰਮ ਵਾਸਤੇ ਰੱਖਿਆ ਹੋਇਆ। ਇਹ ਚੈੱਕ ਕਰਾਉਂਦੇ ਹਾਂ, ਤੁਸੀਂ ਚਾਹੁੰਦੇ ਹਾਂ ਪਹਿਲੇ ਦਾਤਰੀ, ਇਹ ਮਾੜਾ ਡਰੈਸ ਹੈ, ਉਧਾਰ ਹੈ। ਦੂਜਾ ਇਹ ਥੋੜ੍ਹਾ ਇੱਕ ਚਾਹੁੰਦੇ ਹਾਂ ਜਿਸ ਵਿੱਚ ਪਾ ਕੇ ਆ ਸਾਂ, ਉਹ ਵੀ ਚੈੱਕ ਕਰਾਉਂਦੇ ਹਾਂ। ਇਹ ਤੋੜਾ ਪਿਆ, ਇਹ ਚਾਹੁੰਦੇ ਹਾਂ ਜੁਲਨੇ ਵਾਲਾ ਯਾਦ ਕਰਕੇ ਕੱਪਣੇ ਆ ਜੋਂਦਰਾ, ਮਜ਼ੀਦ ਉਸ ਤੁਸਾਂ ਜੁਲ ਕੇ ਮਿਲਣੇ ਆ।
ਇੱਧਰ ਆ ਗਈ ਜੀ ਗੱਡੀ ਸਬਜ਼ੀ ਵਾਲੀ। ਵੀਵਰਸ ਅਸਾਂ ਕੋਲ ਬਾਹਰੋਂ ਹੀ ਚੱਲ ਅਲਹਮਦੁਲਿਲਾ ਰੋਕ ਕੀਤੇ ਆ, ਆਵਾਜ਼ ਜਿਹੜੀ ਨਾ ਬਹੁਤ ਤੇਜ਼ ਚੱਲ ਪਈ ਅਤੇ ਮੈਂ ਵੀ ਤੱਕਿਆ, ਮੈਂ ਕਿਹਾ ਮੌਸਮ ਵੀ ਬਹੁਤ ਪੈਰਾ ਹੋਇਆ ਪਿਆ ਅਤੇ ਸੁੱਪੇ ਲੈ ਕੇ ਗਰਮੀ ਤਪ ਚੁਲੇ, ਮੈਂ ਆਪਣਾ ਪੈਸਾ ਨਾ ਜਿਹੜਾ ਚਾਰਾ ਵੇ ਉਹ ਕੱਢਣਾ ਉਹ ਕੱਢ ਕੇ ਨਾ, ਬਸ ਇਹ ਘਰੇ ਕੋਲ ਨਹੀਂ ਪਹੁੰਚ ਗਿਆ। ਇਹ ਵੇ ਚੁੰਦਰਾ ਵੇ, ਤੁਸਾਂ ਮਜ਼ੀਦ ਚੈੱਕ ਕਰਾਉਂਦੇ ਹਾਂ ਚੁੰਦਰਾ ਆਪਣਾ ਜਿਹੜਾ ਮੈਂ ਕੱਢਣਾ, ਇਹ ਵੇ ਕੋਲ ਇਹ ਪਹੁੰਚ ਗਿਆ, ਇਹ ਚੈੱਕ ਕਰੋ। ਹੈਲੋ, ਇਹ ਚੁੱਲ੍ਹੇ ਪੈਂ ਜੀ ਕਸਮ ਬਾਈਕ 'ਤੇ, ਇਹ ਚੈੱਕ ਕਰੋ, ਇਹ ਚੁੰਦਰਾ ਆ ਗਿਆ, ਰਹਿ ਗਿਆ ਥੋੜ੍ਹੀ ਹੀ ਕਿਉਂਕਿ ਫਸਲਾਂ ਤਿਆਰ ਹੋ ਗਈਆਂ ਅਤੇ ਇਸਨੇ ਵੀ ਮੈਂ ਤੀਜੀ ਦਫ਼ਾ ਕੱਪਣਾ ਪਿਆ, ਇਹ ਤੀਜੀ ਦਫ਼ਾ ਤਿਆਰ ਹੋਣਾ ਪਿਆ, ਮੈਂ ਕੱਪਣਾ ਪਿਆ। ਇਹ ਤੁਸੀਂ ਘੇਰੇ ਚੁੱਲ ਕੇ ਸਾਰਾ ਚੈੱਕ ਕਰਾਉਂਦੇ ਹਾਂ, ਇੱਕ ਹੀ ਗਾਇਮ ਹੈ ਇਸ ਵਾਸਤੇ ਕੱਪ ਕੇ ਖੜਨੇ ਹਾਂ। ਅਲਹਮਦੁਲਿਲਾ ਕਾਰਨ ਇੱਕ ਸਰਕਟ ਚੱਲਿਆ ਪਿਆ, ਦੁੱਧ ਜਿਹੜਾ ਅੱਲਾ ਨਹੀਂ ਨਿਮੋ ਉੱਥੇ, ਫਿਰ ਚੈੱਕ ਕਰੋ ਪਾਣੀ, ਓਹੋ ਇੱਥੇ ਤਾਂ ਬਹੁਤ ਮੁਸ਼ਕਿਲ ਹੈ ਜੀ ਕੱਢਣਾ, ਲੇਕਿਨ ਚਲੋ ਟਰਾਈ ਕਰਨੇ ਹਾਂ। ਪਾਣੀ ਬਹੁਤ ਖਲਤਾ ਪਿਆ ਕਿਉਂਕਿ ਬਾਰਿਸ਼ ਵੀ ਕਾਫੀ ਹੋਈ, ਅਤੇ ਇੱਧਰੋਂ ਅਗੇਰੂ ਕੱਪ ਕਰਨੇ ਆ ਇਸ ਸਾਈਡ ਤੋਂ, ਇਸ ਸਾਈਡ ਤੋਂ ਅਤੇ ਵੱਡਾ ਵੱਡਾ ਇਹ ਸਾਈਡ ਹੈ ਜੀ ਕੱਪਣੇ ਪਿਆ, ਉਸ ਸਾਈਡ 'ਤੇ ਛੋਟਾ ਵੀ, ਅਤੇ ਬਸ ਮਾਰਨੇ ਆ ਦੋ ਦੋ ਦਾਤਰੀਆਂ ਕਿਉਂਕਿ ਕਾ ਗਾਇਮ ਨੇ, ਅਤੇ ਉਸ ਵਾਸਤੇ ਇਨਸ਼ਾਲਾ ਥੋੜ੍ਹਾ ਬਹੁਤਾ ਅਸੀਂ ਆਵਾਂ ਜਿਹੜਾ ਕੱਪੜਾ ਕੱਪ ਕੇ ਲਾਇਆ ਵੀ ਕਾਫੀ ਸਾਰਾ ਢੇਰ ਲਾ ਕੇ ਦਾ ਇਹ ਸਭ ਪਾਉਂਦੇ ਹਾਂ, ਮੁੜ ਕੇ ਤੋੜੇ 'ਚ ਮਿਲਦੇ ਹਾਂ ਥੋੜ੍ਹੀ ਜਿਹੀ ਦੇਰੀ ਬਾਅਦ ਤੁਸੀਂ ਫਿਰ। ਅਲਹਮਦੁਲਿਲਾ ਜੀ ਫ੍ਰੀ ਹੋ ਚੁੱਕੇ ਹਾਂ, ਦੁਬਾਰਾ ਫਿਰ ਡਰੈਸ ਚੇਂਜ ਕਰਕੇ ਦਾ ਬਲੈਕ ਸੂਟ ਪਾ ਕੇ ਦਾ ਦੁਕਾਨ 'ਤੇ ਗਏ ਹਾਂ, ਬਾਰਿਸ਼ ਆ ਗਈ ਜ਼ੋਰੋਂ ਸ਼ੋਰ ਨਾਲ, ਅਤੇ ਜਿਹੜੀ ਇਹ ਸਾਰੇ ਦਿਨ ਨਹੀਂ ਰੂਟੀਨ ਵਰਕ ਨਹੀਂ ਉਹ ਤੁਸੀਂ ਨਾਲ ਸ਼ੇਅਰ ਕੀਤੀ, ਵੀਡੀਓ ਤੱਕਿਆ ਕਰੋ, ਲਾਈਕ ਸ਼ੇਅਰ ਕੀਤਾ ਕਰੋ, ਪਸੰਦ ਆਵੇ ਸਬਸਕ੍ਰਾਈਬ ਵੀ ਕੀਤਾ ਕਰੋ ਚੈਨਲ ਆ, ਜਿੰਨਾ ਜ਼ਿਆਦਾ ਸਬਸਕ੍ਰਾਈਬ ਕਰ ਸਕਦੇ ਹੋ ਕਰੋ, ਲਾਈਕ ਕਰ ਸਕਦੇ ਹੋ ਕਰੋ, ਅਤੇ ਤਾਂ ਕਿ ਤੁਸੀਂ ਮਜ਼ੀਦ ਬੈੱਲ ਆਈਕਨ ਨੇ ਬਟਨੇ ਪ੍ਰੈਸ ਕਰ ਸਕੋ ਤਾਂ ਕਿ ਤੁਸੀਂ ਮਜ਼ੀਦ ਨੋਟੀਫਿਕੇਸ਼ਨ ਆਉਣ, ਤੁਸੀਂ ਮਜ਼ੀਦ ਅੱਛੀਆਂ ਅੱਛੀਆਂ ਇਸ ਤਰ੍ਹਾਂ ਦੀਆਂ ਵਿਲੇਜ ਦੀਆਂ ਦਈ ਜ਼ਿੰਦਗੀ ਦੀਆਂ ਵੀਡੀਓ ਤੱਕਿਆ ਕਰੋ, ਇੰਜੋਏ ਕੀਤਾ ਕਰੋ। ਬਾਰਿਸ਼ ਵੀ ਤੇਜ਼ ਹੋਈ ਚੁੱਲੀ, ਮੈਂ ਵੀ ਵਾਪਸ ਘਰ ਪਹੁੰਚ ਚੁੱਕਿਆ, ਅੱਲਾ ਸੋਹਣੇ ਨੇ ਵਾਲੇ ਪਾਕਿਸਤਾਨ ਜ਼ਿੰਦਾਬਾਦ।